ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾਵੜੇਂਗ ਜਦੋਂ ਅੱਜ ਗੁਰਦੁਆਰਾ ਗੁਪਤਸਰ ਸਾਹਿਬ ਪਾਤਸ਼ਾਹੀ ਦਸਵੇਂ ਪਿੰਡ ਛਤਿਆਣਾ ਵਿਖੇ ਮੱਥਾ ਟੇਕਣ ਉਪਰੰਤ ਬਾਹਰ ਆਏ ਤਾਂ ਬਾਹਰ ਇਕੱਠੇ ਹੋਏ ਕਿਸਾਨਾਂ ਨੇ ਵਿਰੋਧ ਕਰਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਉਪਰੰਤ ਅਮਰਿੰਦਰ ਸਿੰਘ ਰਾਜਾਵੜੇਂਗ ਕਿਸਾਨਾਂ ਕੋਲ ਪਹੁੰਚੇ ਤੇ ਇਸ ਸਮੇਂ ਕਿਸਾਨ ਆਗੂਆਂ ਵੱਲੋਂ ਰਾਜਾਵੜੇਂਗ ਨੂੰ ਕਰਜ਼ਾ ਮਾਫ਼ੀ ਤੋਂ ਇਲਾਵਾ ਹੋਰ ਕਈ ਸਵਾਲ ਕੀਤੇ ਗਏ। ਇਸ ਮੌਕੇ ਰਾਜਾਵੜੇਂਗ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੈ ਕਿ ਭਾਜਪਾ ਤੋਂ ਬਿਨਾਂ ਕਿਸੇ ਵੀ ਸਿਆਸੀ ਆਗੂ ਦਾ ਵਿਰੋਧ ਨਹੀਂ ਕਰਨਾ। ਇਸ ਤੇ ਕਿਸਾਨਾਂ ਨੇ ਕਿਹਾ ਕਿ ਉਹ ਸਵਾਲ ਪੁੱਛਣ ਆਏ ਨੇ ਕਿ ਕਾਂਗਰਸ ਸਰਕਾਰ ਦੇ ਵਾਅਦੇ ਮੁਤਾਬਕ ਕਿਸਾਨਾਂ ਦਾ ਕਰਜ਼ਾ ਮੁਆਫ਼ ਕਿਉਂ ਨਹੀਂ ਕੀਤਾ ਗਿਆ। ਰਾਜਾਵੜੇਂਗ ਨੇ ਕਿਹਾ ਕਿ ਖਜ਼ਾਨੇ ਵਿੱਚ 31,000 ਕਰੋੜ ਰੁਪਏ ਪਏ ਸਨ, ਪਰ ਬਾਦਲ ਸਰਕਾਰ ਨੇ ਜਾਂਦਿਆਂ 15 ਦਿਨਾਂ ਵਿੱਚ ਹੀ ਇਹ ਰਾਸ਼ੀ ਫੂਡ ਸੰਬੰਧੀ ਕੇਂਦਰ ਸਰਕਾਰ ਨੂੰ ਵਾਪਸ ਕਰ ਦਿੱਤੀ, ਜਿਸ ਕਾਰਨ ਸਰਕਾਰ ਨੇ ਪੜਾਵਾਰ ਕਰਜ਼ੇ ਮਾਫ਼ ਕੀਤੇ। ਉਹਨਾਂ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਅਹੁਦਿਆਂ ਪੰਜਾਬ ਦਾ 30,000 ਕਰੋੜ ਦਾ ਕਰਜ਼ਾ ਮਾਫ਼ ਕੀਤਾ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਨਿਰਮਲ ਸਿੰਘ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਵਾਉਣ ਵਾਲੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਤੁਸੀਂ ਮਾਤਾ ਦਾ ਖਿਤਾਬ ਦਿੱਤਾ ਤਾਂ ਉਹਨਾਂ ਕਿਹਾ ਕਿ ਤੁਸੀਂ ਕਿਸਾਨੀ ਮੁੱਦੇ 'ਤੇ ਗੱਲ ਕਰੋ, ਇਸ 'ਤੇ ਸਿਆਸਤ ਨਾ ਕਰੋ। ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਸੰਬੰਧੀ ਰਾਹੁਲ ਗਾਂਧੀ ਪਹਿਲਾਂ ਹੀ ਮਾਫ਼ੀ ਮੰਗ ਚੁੱਕੇ ਨੇ। ਇਸ ਤੋਂ ਇਲਾਵਾ ਕਈ ਸਵਾਲ ਜਵਾਬ ਹੋਏ ਜਦੋਂ ਰਾਜਾਵੜੇਂਗ ਦਾ ਕਾਫਲਾ ਅੱਗੇ ਪਿੰਡ ਦੇ ਜਾਣ ਲੱਗਿਆ ਤਾਂ ਕਿਸਾਨਾਂ ਨੇ ਨਾਅਰੇਬਾਜ਼ੀ ਕਰਕੇ ਵਿਰੋਧ ਕੀਤਾ ਅਤੇ ਕਿਹਾ ਕਿ ਇੰਨੇ ਵੱਡੇ ਕਾਫਲੇ ਲਿਜਾਣ 'ਤੇ ਸੰਯੁਕਤ ਕਿਸਾਨ ਮੋਰਚੇ ਨੇ ਵੀ ਬਿਆਨ ਜਾਰੀ ਕੀਤਾ ਕਿ ਸਿਰਫ ਆਗੂ ਸਮਾਜੀ ਜਾਂ ਹੋਰ ਸਮਾਗਮਾਂ ਵਿੱਚ ਸਾਦੇ ਢੰਗ ਨਾਲ ਜਾ ਸਕਦੇ ਨੇ। ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ 1/2 ਘੰਟਾ ਮੀਟਿੰਗ ਲਈ ਸਮਾਂ ਮੰਗਿਆ ਸੀ, ਪਰ ਰਾਜਾਵੜੇਂਗ 10 ਮਿੰਟ ਦਾ ਸਮਾਂ ਦੇ ਕੇ ਹੀ ਤੁਰਦੇ ਬਣੇ। ਪਹਿਲਾ ਸਵਾਲ ਹੈ ਜੀ, ਗੈਰ ਤੇ ਗੈਰ ਕਿਸਾਨਾਂ ਦੇ ਖਿਲਾਫ ਆ ਤੇ ਸਾਈਨ ਕੀ ਨੇ ਕੀਤੇ? ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਗੈਰ ਤੇ ਸਾਈਨ ਕਿਹੜੇ ਸਾਲ ਹੋਏ ਤੇ ਗੈਰ ਕਿਦੋਂ ਆਇਆ? ਸਾਰੇ ਕਿਉਂ ਬੋਲਦੇ ਜਦੋਂ ਤੁਸੀਂ ਗੱਲ ਕਰ ਲਓ? ਜਨਵਰੀ 1995 'ਚ ਆਇਆ। ਹਾਂਜੀ, ਸੋ ਮੇਰੀ ਤੁਹਾਨੂੰ ਬੇਨਤੀ ਹੈ, ਜਦੋਂ ਜਨਵਰੀ 1995 ਦੀ ਜਿਹੜੀ ਤੁਸੀਂ ਗੱਲ ਕਰਦੇ ਆ, ਉਦੋਂ ਮੈਂ ਮਾਤਰ 14 ਸਾਲ ਦਾ ਸੀ। ਮੈਨੂੰ ਇਸ ਬਾਰੇ ਅੰਡਰ ਏਜ ਵਧੀਆ ਸਵਾਲ ਹੈ, ਕਹਿੰਦਾ ਮੈਨੂੰ ਨਹੀਂ ਪਤਾ ਸੀ ਰਾਜਾ ਸਾਹਿਬ, ਮੈਨੂੰ ਗੈਟ ਬਾਰੇ ਆਈ ਡੋਂਟ ਹੈਵ ਜੇ ਜਿੰਨਾ ਚਿਰ ਪੜੂੰਗਾ ਨਹੀਂ। ਹਾਂ, ਕਿਉਂਕਿ ਗੈਟ ਦੇ ਵਿੱਚ ਕੀ ਹੈ, ਮੈਂ ਤੁਹਾਡੀ ਗੱਲ ਨਾਲ ਸਹਿਮਤ ਜਾਂ ਨਾ ਸਹਿਮਤ ਨਹੀਂ ਹੋ ਸਕਦਾ। ਮੈਂ ਇੱਕ ਮਿੰਟ ਤੁਸੀਂ ਰਾਜਾ ਜੀ ਖੜ ਜਾਓ, ਮੈਨੂੰ ਸੋਚ ਪੂਰਾ ਕਰਨ ਦਿਓ। ਵੀਰ ਜੀ, ਤੁਸੀਂ ਉਦੋਂ ਛੋਟੇ ਸੀ, ਬਾਅਦ 'ਚ ਸਿਆਸਤ ਦੇ ਵਿੱਚ ਆਏ ਹੋ, ਉਹ ਪਾਰਟੀ ਆ ਨੈਸ਼ਨਲ ਪਾਰਟੀ ਕਾਂਗਰਸ ਜਿਹੜੀ ਕਿਸਾਨਾਂ ਦੀ ਮੌਤ ਦਾ ਰੱਸਾ ਵੱਟਦੀ ਆ ਗੈਟ ਤੇ ਸੈਂਟਰ ਦਿਓ ਜਵਾਬ ਦਿਓ ਗੈਟ ਗੈਟ ਤੁਸੀਂ ਮੰਨਿਆ ਕਿਸਾਨਾਂ ਦੇ ਉਲਟਾ ਗੈਟ ਮੰਨਿਆ? ਗੈਟ ਦੀ ਕਾਪੀ ਕਿੱਥੇ ਹੈ? ਪ੍ਰੈਸ ਕਰੇ ਤੁਹਾਨੂੰ ਪੜੀ ਤੁਸੀਂ ਮੰਤਰੀ ਤੁਸੀਂ ਪੜੀ ਤੁਹਾਨੂੰ ਨਹੀਂ ਪਤਾ, ਮੈਂ ਤੁਹਾਡੀ ਜ਼ਿੰਮੇਵਾਰੀ ਨਹੀਂ ਪੜਨਾ, ਗੈਟ ਪੜਨਾ ਤੁਹਾਡੀ ਜ਼ਿੰਮੇਵਾਰੀ ਨਹੀਂ, ਤੁਹਾਡੇ ਮੁਤਾਬਕ ਤੁਹਾਡੀ ਜ਼ਿੰਮੇਵਾਰੀ ਨਹੀਂ, ਤੁਹਾਡੇ ਮੁਤਾਬਕ ਗੈਟ ਮੈਂ ਮੰਨ ਲਾਂ ਬਿਲਕੁਲ ਨਹੀਂ ਮੰਨਾਂਗਾ। ਗੈਟ ਦੇ ਵਿੱਚ ਕੀ ਲਿਖਿਆ? ਲਿਆਓ ਗੈਟ ਦਾ ਨੋਟੀਫਿਕੇਸ਼ਨ, ਲਿਆਓ ਮੈਂ ਸਾਡਾ ਨੁਮਾਇੰਦਾ ਪੜਿਆ ਲਿਆਉਣੀ, ਸੁਣ ਲਓ ਜੀ, ਸੁਣ ਲਓ, ਸਾਡੇ ਨੂੰ ਅਨਪੜ੍ਹ ਨੂੰ ਨਹੀਂ ਬਣਾਇਆ, ਪੜ੍ਹਿਆ ਲਿਖਿਆ ਨੂੰ ਬਣਾਇਆ, ਤੁਸੀਂ ਪਹਿਲਾਂ ਤਾਂ ਦੇਖੋ, ਸੁਣ ਲਓ ਭਰਾ ਵਾਰੇ ਸਮਰਥਕ ਜਿਹੜੇ ਅਜੇ ਤੱਕ ਗੈਟ ਨਹੀਂ ਪੜ੍ਹਿਆ, ਇਹ ਗੱਲ ਕਲੀਅਰ ਹੋ ਗਈ ਰਾਜਾ ਸਾਹਿਬ, ਕਹਿੰਦੇ ਮੈਨੂੰ ਗੈਟ ਬਾਰੇ ਨਹੀਂ ਪਤਾ, ਮੈਂ ਦੱਸਦਾ ਗੈਟ ਬਾਰੇ ਕੀ ਆ। ਗੈਟ ਆ ਜਿਹੜਾ ਵਿਸ਼ਵ ਵਪਾਰ ਸੰਸਥਾ ਦਾ ਇੱਕ ਸਮਝੌਤਾ ਜਿਹਦੇ 'ਚ ਭਾਰਤ ਮੈਂਬਰ ਬਣ ਗਿਆ, ਤਾਂ ਗੈਟ ਦਾ ਇੱਕੋ ਇੱਕ ਪਹਿਲਾ ਨਿਸ਼ਾਨਾ ਵੀ ਛੋਟੀ ਖੇਤੀ ਨੂੰ ਖਤਮ ਕਰਕੇ ਵੱਡੇ ਫਾਰਮ ਸਿਸਟਮ ਦੀ ਖੇਤੀ ਲਿਆਉਣਾ। ਜੇ ਭਾਰਤ ਉਹਦਾ ਮੈਂਬਰ ਬਣਦਾ, ਭਾਰਤ ਨੂੰ ਆਪਦਾ ਮੰਡੀਕਰਨ ਬੰਦ ਕਰਨਾ ਪਏਗਾ, ਕਿਸਾਨਾਂ ਨੂੰ ਸਬਸਿਡੀਆਂ ਦੇਣ ਵਾਲੀਆਂ MSP ਬੰਦ ਹੋਊਗੀ ਤੇ ਭਾਰਤ ਜਿੱਥੇ ਫਾਰਮ ਸਿਸਟਮ ਦੀ ਖੇਤੀ ਲਾਗੂ ਕਰੂਗਾ, ਇਹ ਅੱਜ ਗੈਟ ਆ। ਕੀ ਤੁਸੀਂ ਛੋਟੇ ਕਿਸਾਨਾਂ ਨੂੰ ਖਤਮ ਕਰਨ ਦੇ? ਜੋ ਇਹਨਾਂ ਨੇ ਸਵਾਲ ਕੀਤਾ ਗੈਟ ਦੇ ਬਾਰੇ, ਮੈਨੂੰ ਗੈਟ ਦੇ ਬਾਰੇ ਵਿੱਚ ਕੀ ਹੈ, ਗੈਟ ਬਾਰੇ ਨੌਲੇਜ ਹੈ, ਬਟ ਮੈਨੂੰ ਇਸ ਗੱਲ ਦੀ ਸ਼ਿਓਰਿਟੀ ਨਹੀਂ ਹੈ ਕਿ ਗੈਟ ਦੇ ਵਿੱਚ ਛੋਟੇ ਕਿਸਾਨਾਂ ਦੇ ਖਿਲਾਫ ਕੋਈ ਫੈਸਲਾ ਹੋਇਆ। ਅਗਰ ਇਹਨਾਂ ਦੀ ਗੱਲ ਮੈਂ ਮੰਨ ਲਵਾਂ ਕਿ ਗੈਟ ਦੇ ਵਿੱਚ ਛੋਟੇ ਕਿਸਾਨਾਂ ਦੇ ਖਿਲਾਫ ਸਮਝੌਤਾ ਹੈ, 1995 'ਚ ਤੁਸੀਂ ਕਿੱਥੇ ਗਏ ਸੀ? ਤੁਸੀਂ ਧਰਨਾ ਕਿਉਂ ਨਹੀਂ ਲਾਇਆ? ਲਾਇਆ ਸੀ ਉਦੋਂ ਦੀ ਲੜਾਈ, ਉਦੋਂ ਦੀ ਚੱਲਦੀ ਹੈ ਜੀ, ਪਹਿਲਾਂ ਮੈਂ ਦੱਸ, ਅਗਰ ਕੋਈ ਇਸ ਤਰ੍ਹਾਂ ਦਾ ਫੈਸਲਾ ਆਇਆ ਸੀ ਤੁਹਾਡੇ ਮੁਤਾਬਕ ਜਿਹੜਾ ਗੈਟ
जिहड़ी नैशनल पार्टी कांग्रेस है ओहदे राजकाल दौरान दो कमिशन बैठे जिहड़े खेतीबाड़ी संबंधी सी। पहला सी गैट दे संबंध च वी भारत गैट दा मैंबर बणे कि ना। जिहड़ा कमिशन बैठा सी उहने कांग्रेस नूं इह गल कहती सी वी भारत नूं इहदा मैंबर नहीं बनना चाहीदा। इहनां दी मां पार्टी ਉਹਦੇ ਉਲਟ ਜਾ ਕੇ ਉਹਦਾ ਮੈਂਬਰ ਬਣੀ। ਦੂਸਰਾ ਕਮਿਸ਼ਨ ਬੈਠਾ 2004 ਦੇ ਵਿੱਚ 6 ਦੇ ਵਿੱਚ ਉਹਨੇ ਰਿਪੋਰਟ ਤਿਆਰ ਕੀਤੀ ਜਿਸ ਰਿਪੋਰਟ ਦਾ ਨਾਮ ਪਿਆ ਡਾਕਟਰ ਸਵਾਮੀਨਾਥਨ ਦੀ ਰਿਪੋਰਟ। ਉਹ ਰਿਪੋਰਟ ਇਹ ਕਹਿੰਦੀ ਸੀ ਵੀ ਜੇ ਕਿਸਾਨਾਂ ਤੋਂ ਖੇਤੀ ਕਰਾਉਣੀ ਜਿਹਨਾਂ ਸਿਰੋਂ ਕਰਜ਼ਾ ਲਾਉਣਾ ਅਤੇ ਇਹਨਾਂ ਨੂੰ ਲਾਗਤ ਖਰਚਿਆਂ 'ਤੇ 50% ਨਫਾ ਦੇਣਾ ਬਣਦਾ ਹੈ। ਉਹ ਰਿਪੋਰਟ 6 'ਚ ਤਿਆਰ ਹੋ ਗਈ। 14 ਤੱਕ ਇਹਨਾਂ ਦੀ ਸਰਕਾਰ ਰਹੀ ਪਰ ਇਹਨਾਂ ਦੇ ਟੇਬਲ 'ਤੇ ਰੁਲਦੀ ਰਹੀ। ਪੁੱਛੋ ਮੰਤਰੀ ਸਾਹਿਬ ਜੀ ਤੁਸੀਂ ਉਹ ਲਾਗੂ ਕਿਉਂ ਨਹੀਂ ਕੀਤੀ, ਤੁਹਾਡੀ ਪਾਰਟੀ ਨੇ ਲਾਗੂ ਕਿਉਂ ਨਹੀਂ ਕੀਤੀ? ਚਲੋ ਪਹਿਲਾਂ ਫਿਰ ਉਹੀ ਸਵਾਲ ਕਿ ਮੈਂ ਉਸ ਵੇਲੇ ਮੁਕੰਮਲ ਪੋਲੀਟਿਕਸ 'ਚ ਨਹੀਂ ਸੀ, ਇੱਕ ਸਟੂਡੈਂਟ ਸੀ। ਇਹਦੇ ਬਾਰੇ ਮੈਂ ਸਵਾਲ ਦਾ ਕੀ ਜਵਾਬ ਦੇਵਾਂ, ਪਰ ਮੈਂ ਆਪਦੀ ਬੁੱਧੀ ਮੁਤਾਬਕ ਐਜ਼ ਏ ਮਿਨਿਸਟਰ ਆਫ ਪੰਜਾਬ ਗਵਰਨਮੈਂਟ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ। ਇਹ ਕਹਿੰਦੇ ਆ ਕਿ ਮੈਂ ਕਹਿ ਰਿਹਾ ਸੱਚ ਹੈ, ਇਹ ਕਹਿ ਰਿਹਾ, ਹਾਂਜੀ ਇੱਕ ਮਿੰਟ ਪੜ੍ਹੋ, ਮੈਂ ਕਹਿ ਰਿਹਾ ਮੈਂ ਸੱਚ ਹੈ, ਇਹ ਕਹਿ ਰਿਹਾ ਇਹ ਸੱਚ ਹੈ, ਇਹ ਕਹਿੰਦਾ ਇਹ ਸੱਚ ਹੈ। ਮੇਰੀ ਬੇਨਤੀ ਹੈ, ਮੈਂ ਕਿਸਾਨ ਯੂਨੀਅਨ ਦੀ ਜਥੇਬੰਦੀ ਨੂੰ ਬੇਨਤੀ ਕਰਨੀ ਚਾਹੁੰਦਾ, ਤੁਹਾਡੇ ਜਿੰਨੇ ਸਵਾਲ ਹੈ ਤੁਸੀਂ ਇੱਕ ਲਿਖਤ ਦੇ ਵਿੱਚ ਅੱਜ ਨਹੀਂ ਦੋ ਦਿਨਾਂ ਨੂੰ ਤਿੰਨਾਂ ਨੂੰ ਦਿਓ। ਮੈਂ ਖੇਤੀਬਾੜੀ ਦੇ ਸਾਡੇ ਆਫਿਸਰ ਨਾਲ ਖੇਤੀਬਾੜੀ ਮੰਤਰੀ ਨਾਲ ਰਾਜਾ ਵੜਿੰਗ ਮੈਂ ਉਦੋਂ ਬਲੀਵ ਕਰਾਂਗਾ ਜਦੋਂ ਮੈਂ ਉਹ ਨੋਟੀਫਿਕੇਸ਼ਨ ਵੇਖੂੰਗਾ। ਤੁਹਾਡੇ ਕਹਿਣ ਨਾਲ ਵੀ ਮੈਂ ਉਦੋਂ ਕਹਿ ਦਿਆਂ, ਮੈਂ ਤੁਹਾਨੂੰ ਕੀ ਪਤਾ ਤੁਹਾਡੀ ਕਿਵੇਂ ਮੰਨ ਲਾਂ ਵੀ ਸੁਣੋ ਜੀ ਲਿਖਿਆ ਉਹਦੇ 'ਚ, ਬਹੁਤ ਵਧੀਆ ਗੱਲ ਕੀਤੀ ਜੀ ਇਹਨਾਂ ਨੇ, ਇਹਨਾਂ ਦੇ ਨੌਲੇਜ 'ਚ ਨਹੀਂ ਹੋਣੀ, ਨਹੀਂ ਨਹੀਂ ਨੌਲੇਜ 'ਚ ਨਹੀਂ, ਨਹੀਂ ਜੀ ਤੁਹਾਡੀ ਨੌਲੇਜ 'ਚ ਨਹੀਂ ਹੋਣੀ, ਮੈਂ ਇਹ ਗੱਲ ਕਲੀਅਰ ਕਰਦਾ ਜੀ। ਮੈਂ ਜਿੰਨਾ ਚਿਕਰ ਕਿਸੇ ਗੱਲ ਦਾ ਸਾਡੀ ਤੁਸੀਂ ਹੁਣ ਜਿਹੜਾ ਬੰਦਾ ਕਹਿੰਦਾ ਕੋਈ ਕਹਿੰਦਾ ਜਿਹੜਾ ਜੰਮਿਆ ਨਹੀਂ ਉਸ ਵੇਲੇ ਉਹ ਕਹਿੰਦਾ ਜੀ 1990 'ਚ 99 'ਚ ਐਂ ਹੋਇਆ, ਭਾਈ ਜੀ 98 'ਚ ਐਂ ਹੋਇਆ। ਤੁਸੀਂ ਕੰਮ ਤੁਸੀਂ ਆਪਦੇ ਕਾਗਜ਼ਾਂ ਨਾਲ ਆਓ, ਇੱਕ ਮਿੰਟ ਨੋਟ ਮੈਨੀਫੈਸਟੋ ਪਹਿਲਾਂ ਇਸ ਦੀ ਗੱਲ ਕਰੋ, ਤੁਸੀਂ ਨੋਟੀਫਿਕੇਸ਼ਨ ਦੇ ਨਾਲ ਆਓ। ਮੇਰੇ ਅਫਸਰ ਪੰਜਾਬ ਸਰਕਾਰ ਦੇ ਖੇਤੀਬਾੜੀ, ਅਸੀਂ ਪ੍ਰੈਸ ਕਾਨਫਰੰਸ ਸਾਰੀ ਅਸੀਂ ਪ੍ਰਦੇਸ਼ ਪੰਜਾਬ ਦੀ ਪ੍ਰੈਸ ਬੁਲਾਵਾਂਗੇ, ਉੱਥੇ ਆਪਾਂ ਦੁੱਧ ਦਾ ਦੁੱਧ ਪਾਣੀ ਹੋ ਜੂਗਾ, ਨਾਲੇ ਜਨਤਾ ਨੂੰ ਪਤਾ ਲੱਗ ਜੂ ਵੀ ਵਾਕਿਆ ਸਾਡੇ ਵੇਲੇ ਹੋਇਆ ਤੇ ਕਿਸੇ ਹੋਰ ਵੇਲੇ ਹੋਇਆ, ਤੇ ਹੋਇਆ ਵੀ ਤੁਹਾਡੇ ਖਿਲਾਫ ਕਿ ਨਹੀਂ ਹੋਇਆ, ਤੁਸੀਂ ਐਵੇਂ ਕਹੀ ਜਾਂਦੇ ਹੋ। ਸੁਣੋ ਜੀ ਸੁਣੋ, ਇਹ ਆਪਣੇ ਮੰਤਰੀ ਸਾਹਿਬ ਕਹਿ ਰਹੇ ਆ ਵੀ ਸਾਡੇ ਜਿਹੜੇ ਕਾਂਗਰਸ ਵਾਲੇ ਉਹਨਾਂ ਨੂੰ ਨਹੀਂ ਪਤਾ ਇਸ ਬਾਰੇ, ਨਹੀਂ 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 ਪਰ ਮੈਂ ਤੁਹਾਨੂੰ ਯਾਦ ਕਰਵਾ ਰਿਹਾ ਜੀ, ਜਿੰਨੇ ਵੀ ਤੁਹਾਨੂੰ ਯਾਦ ਕਰਾਉਂਦੇ ਆ ਜੀ, ਤੁਸੀਂ ਇਸ ਗੱਲ ਨੂੰ ਧਿਆਨ ਨਾਲ ਸੁਣੋ ਵੀ ਜਿੰਨੇ ਵੀ ਸਾਡੇ MLA ਆ ਉਹਨਾਂ ਨੇ ਇੱਕ ਰਾਜ ਸਭਾ ਦੇ ਵਿੱਚ ਮਤਾ ਪਾਇਆ ਹੈ ਵੀ ਇਹ ਕਾਨੂੰਨ ਗਲਤ ਹੈ ਤਾਂ ਇਹ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣ ਦੇਵਾਂਗੇ। ਕੀ ਉਦੋਂ ਨਹੀਂ ਪੜ੍ਹੇ ਸੀ ਇਹਨਾਂ ਨੇ MLA ਸਾਹਿਬ, MLA ਸਾਹਿਬ ਸੀ, ਕੀ ਨਹੀਂ ਪੜ੍ਹੇ, ਕੀ ਨਹੀਂ ਪੜ੍ਹੇ, ਕੀ ਨਹੀਂ ਪੜ੍ਹੇ ਇਹਨਾਂ ਨੇ, ਅਸੀਂ ਮਤੇ ਵਾਪਸ ਮਤਾ ਪਾਇਆ। ਮੇਰਾ ਇੱਕ ਤੁਹਾਨੂੰ ਇੱਕ ਸਵਾਲ ਹੈ, ਐਵੇਂ ਤਾਂ ਨਹੀਂ ਸੁਣਦਾ, ਮੇਰਾ ਇੱਕ ਤੁਹਾਨੂੰ ਬੜੇ ਬਿਨੇ ਸਰ ਜੀ, ਚਲੋ ਬੜੇ ਬਿਨੇ ਜਵਾਬ, ਅਗਲਾ ਵੀ ਹੈਗਾ, ਇੱਕ ਮਿੰਟ 10 ਮਿੰਟ ਤਾਂ ਹੋ ਗਏ ਪਰ ਕੋਈ ਨਹੀਂ, 2 ਮਿੰਟ ਹੋਰ ਦੇ ਦੇ, ਇੱਕ ਮਿੰਟ ਪੰਜ ਲਓ। ਇਸ ਗੱਲ ਤੇ ਪੜ੍ਹੇ ਕਿ ਨਹੀਂ ਪੜ੍ਹੇ, ਮੈਂ ਤੁਹਾਨੂੰ ਆਖਿਆ ਕਿ ਪ੍ਰੈਸ ਦੇ ਸਾਹਮਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਊਗਾ ਵੀ ਕੌਣ ਸੱਚਾ ਕਿ ਤੁਸੀਂ ਸੱਚੇ ਹੋ ਕਿ ਅਸੀਂ ਸੱਚੇ ਹਾਂ। ਇਸ ਮੁੱਦੇ ਤੇ ਮੈਂ ਪੜ੍ਹੇ ਬਿਨਾਂ ਕੀਤੀ ਅਗਲੇ, ਨਹੀਂ ਨਹੀਂ ਤੁਸੀਂ ਇਕੱਲੇ ਨੇ ਪੜ੍ਹੇ, ਸਾਨੂੰ ਵੀ ਪੜ੍ਹਨਾ। ਜੱਜ ਕਹਿੰਦਾ ਹੈ ਫੈਸਲਾ ਮੈਂ ਦੇਊਂਗਾ ਕਿ ਕਿਹਨੇ ਗੋਲੀ ਮਾਰੀ ਹੈ, ਬਟ ਮੈਂ FIR ਪੜ੍ਹੂੰਗਾ, ਮੈਨੂੰ ਟਾਈਮ ਦਿਓ, ਡੇਟ ਪਾਤੀ। ਸਾਨੂੰ ਤੁਹਾਡੇ ਨਾਲ ਵਾਅਦਾ ਕਰਦਾ, ਤੁਸੀਂ ਆਪਦੇ ਕਾਨੂੰਨ ਲਿਆਓ, ਅਸੀਂ ਆਪਦਾ ਕਾਨੂੰਨ ਉਹ ਬੰਦੇ ਪਾਵਾਂਗੇ, ਅਸੀਂ ਪੜ੍ਹ ਕੇ ਦੱਸਾਂਗੇ ਔਰ ਪਬਲਿਕ ਦੇ ਸਾਹਮਣੇ ਰਿਪੋਰਟ 'ਤੇ। ਮੈਂ ਕਹਿੰਦਾ ਇਹਨੇ ਕਤਲ ਕੀਤਾ ਜਦੋਂ ਤੂੰ ਕੀਤਾ ਹੀ ਨਹੀਂ, ਤੁਸੀਂ ਕੀਤਾ ਹੀ ਨਹੀਂ। ਅੱਛਾ ਅਗਲੀ ਗੱਲ ਜਿਹੜੀ ਤੁਸੀਂ ਗੱਲ ਕਰ ਲਿਓ, ਮੇਰਾ ਤੁਹਾਨੂੰ ਇੱਕ ਸਵਾਲ ਹੈ, ਇੱਕ ਸਵਾਲ ਕਰੋ ਜੀ। 31 ਜਥੇਬੰਦੀਆਂ, ਹਾਂਜੀ ਮੈਂ ਅਗਰਾਹਾਂ ਸਾਹਿਬ ਦੀ ਵੀ ਵਾਹਵਾ ਵੱਡੀ ਕਿਸਾਨ ਜਥੇਬੰਦੀ, ਉਹਨਾਂ ਨੂੰ ਮੈਂ ਸੁਣਦੇ ਵੇਖਿਆ ਬੋਲਦੇ, ਮੇਰੀ ਗੱਲ ਸੱਚ ਹੈ ਕਿ ਝੂਠ ਆ, ਉਹਦੇ 'ਚ ਹਾਂ ਕਰੇ। ਉਹ ਕਹਿੰਦੇ ਵੀ ਕਿਸੇ ਰਾਜਨੀਤਿਕ ਬੰਦੇ ਦਾ ਵਿਦਆਊਟ ਭਾਜਪਾ ਵਿਰੋਧ ਨਹੀਂ ਕਰਨਾ, ਨੰਬਰ 1 ਤਕੈਤ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਕਿਸੇ ਦਾ ਵਿਰੋਧ ਨਹੀਂ ਕਰਨਾ ਵਿਦਆਊਟ ਉਹਨਾਂ ਦੇ ਸਟੇਜ 'ਤੇ ਨਹੀਂ ਕਰਨਾ। ਸਾਨੂੰ ਉਹਨਾਂ ਜਥੇਬੰਦੀਆਂ ਨੇ ਅਗਰਾਹਾਂ
जिन्हों का संघर्ष भी मैनू लगता बंदे भी बहुत ज्यादा है ते शहीद भी बहुत होए है सिद्धूपुर के भी बहुत होए है। मैं जिहड़ा इत्थे शहीद होया सी अपना साडा परिवार उत्थे आपदी तनखाह 4 लाख रुपया दे के आया सी बेशक ओह भन गल पर 30 जथेबंदियां थानू एक 31वीं जथेबंदी नूं कहनी है कि आपां इह काम नहीं करना तुसीं क्यों करदे हो पिछले महीने सुनो मेरी गल साडियां 30 जथेबंदियां का फैसला होया भी दूजिया सवाल करने असी सवाल करने जाते तो साडे बंदे जो सवाल करते उदो वीर ने कहा भी बीबिया सवाल करते हैं जो इनू सवाल करना है ले गया सोशल मीडिया से घेंट चलना चाहिए भी राजीव बड़े को पैरी हथ लवाती हल है गुरु ने नहीं मेरे सिखाया गुरु कहना गुरु ने कहा सत्कार करो सत्कार मैं समझदा कि जे वह काले कानून ना बनाए जाते शायद उन्होंने आपकी जान ना गवानी एक सवाल है जी हुण जिहड़ा 84 च सिख कतलेआम होया उहदा कातल कौन सी इंदिरा गांधी सी कि नहीं सिखां दी कातल इंदिरा गांधी है कि नहीं तुसीं उहनूं मां दा खिताब दिता कि नहीं तुसीं उहनूं दुर्गा माता कहा कि नहीं ये गलत कि नहीं मेरी बेनती है जो 84 सी उदो मैं केवल 6 साल का उस समय की होया की नहीं होया किताबां च पढ़िया और बड़ा वड्डा दुखांत सी उहदी माफ़ी कई बारी कांग्रेस पार्टी ने देश की पार्लियामेंट विच अगर किसी ने इस बंदे ने गलती की जा इन्हें कर ली ओदी माफ़ी कई बारी माफ़ी मंगी गई और सिखां दा पार्लियामेंट हरिमंदर साहब हरी दा मंदर उत्थे जाके साडे लीडर राहुल गांधी ने भी माफ़ी मंग के उन्हां नूं उत्थे प्यार भी दिता लंगर भी छकिया ते सेवा भी की। ये पुराना बहुत गल है और ये किसानी का मुद्दा नहीं ये तो सियासी काम चल रहा है सियासी काम अगर मुद्दा किसानी का गल करो तो 84 की गल करो ये सियासत ना करो सियासत ना करो किसानी मुद्दे की गल करो। हुण मैं 15 मिनट दे कोई सेकंड लास्ट मंत्री जी असीं तुहानूं पुछदे हां कि 2017 च तुसीं इलेक्शन लड़ी सी एज ए एमएलए एज बीइंग ए कांग्रेस पार्टी कैंडीडेट कांग्रेस पार्टी का मैनीफेस्टो सीगा फर्स्ट सीगा कि असीं किसानां दे सारे कर्जे माफ करांगे महीना के पहला तुसी कह तुहाडा बयान सीगा पटवारी यूनियन दे विच बैठे हुंदा कि जी मैं एमएलए हां असीं कैबिनेट नूं अपने कंसर्न फॉरवर्ड करने हुंदे आ उन्हां दे आर डिसीजन मेकर नाओ यू आर अ डिसीजन मेकर परसन की तुसी लगदा तुहानूं अमरिंदर सिंह जी राजा विड़ंग जिहड़े वादा कराए सी उन्होंने 2017 च लोकां नाल हुण ओह कर्जे माफ करनगे एज ए मिनिस्टर जां अपने सीएम साहब नूं फोर्स करनगे भी हाँ कर्जे जरूर माफ होने चाहिए नहीं मैं अपोज करदा अपनी सरकार नूं करनगे अपनी सरकार नूं अपोज कर्जे 100% कर्जे माफ करवाउणगे। हुण मेरा अगे टाइम हो गया इहदा मैं जवाब दिंदा पर इदू बाद नो मोर सवाल भावें राजी रहो भावें गुस्से असीं इह गल कही सी किसानां दे कर्जे माफ करांगे
संयुक्त किसान मोर्चे सवाल पूछदी है संयुक्त किसान मोर्चे का फैसला सवाल पूछने सवाल किया बहुत आदर से सत्कार का सवाल वादा करके जाए भी मैं पार्टी छड़ूंगा मैं किसानों के नाल खड़ा इधर जान देना किसी के कहन के नाल भावें ये तो बाई जी है मेरे सत्कारयोग है मैं इनू मेरी घरवाली भी कह दे पार्टी छड़न नहीं छड़ांगा नंबर वन अगली गल असी किसानों का कर्जा माफ करन दी गल कीती सी की होया कि 31,000 करोड़ रुपया असी वेख्या सी साडे सिस्टम च पिया है ते कुछ पैसा जिहड़ा 16,000 करोड़ रुपया है असी 46,000 करोड़ रुपए दे नाल कर्जे माफ सारे कर देने सी बट वॉट हैपन ऑल ऑफ सडन सरकार साड़ी गिनती होगी असी जित गए लेकिन इसके बावजूद संविधान है कि 10-15 दिन मुख्यमंत्री सरदार बादल रहा जिन्हें जिक्र सौनी चक्की दी सी उन्होंने 31,000 करोड़ ते सेंटर नू जिहड़ा पुराना कोई बकाया खड़ा सी फूड का उन्होंने झरीट मारती साढ़े खजाने चो 31,000 करोड़ रुपया शिफ्ट टू दिल्ली उन्होंने मन च वहम सी कि कित कांग्रेस आके सारा कर्जा माफ कर दूगी तो किसान ने जिंदगी भर हिलना नहीं उस तो बाद साढ़े खजाने जिन्ना कमाल सी पहला केंद्र अज तक बड़िया सरकार बनिया केंद्र दे विच भी ते पंजाब दे विच भी बड़िया सरकार बनिया लेकिन इको एक कांग्रेस पार्टी की सरकार सी डॉक्टर मनमोहन सिंह 30,000 करोड़ रुपया उन्हें पंजाब का माफ किया कोई ऑन रिकॉर्ड कोई होर सरकार बना दो जिन्ना भी तिलफुल किया असं इस गल की माफ़ी मांगते हैं जिन्ना क्या नहीं किया सानू जे साडे कोले समान जिहड़ा तुसीं कैलकुलेशन सही सी जिहड़ी चोण मैनिफेस्टो च आई सो कैलकुलेशन सही सी जिहड़ा तुसीं हुण अगला पैसे दी गल करदे मंग रखांगे बिल्कुल मंग रखांगे बिल्कुल मंग रखांगे तुसीं की वादा कर रहे हो साडे नाल करोगे यार साडे कोले आंकड़े नहीं तुहाडे कोले सारे आंकड़े मनप्रीत तुहाडा जिहड़ा चंगा मंत्री आ अज कहना असीं इह चाहुणे आ वी साडा जिहड़ा संयुक्त मोर्चे वल्लों सियासी लोकां नाल जिहड़ी गल्लबात होई सी उहदे विच इह आई सी जिहड़ी चंडीगढ़ कॉन्फ्रेंस होई सी इहनां नाल साडी गल्लबात होई सी उहदे विच इन्हां नूं इह कहा गया सी वी तुसीं कोई भी काफला नहीं कढोंगे तुसीं कोई आपदा चोण प्रचार नहीं शुरू करोगे जे कितें मर्ग हुंदी उत्थे जा सकदे हो जे कितें खुशी उत्थे जा सकदे हो जे कितें तुसीं होर कोई विकास का काम करना उत्थे कोई एक दो गड्डियां लै के MLA MP जा सकदा असीं विरोध नहीं करांगे पर एक इस आड़ च भी मैं इत्थे मत्था टेकना उत्थे टेकना मंत्री बन के आया पर इन्हें काफला करके आपदा शक्ति प्रदर्शन कर रहा है जे इन्हां दी शक्ति इन्नी आ ते कानून रद्द करा के लिआउण जाण खा दिल्ली इन्हां नूं बैठे जाके मंत्री उत्थे बैठे संसद के सामने बैठे कहे उन्ना चेर आउंदे नहीं जिन्ना चेर रद्द नहीं हुंदे ड्रामे क्यों करदे है ड्रामे कर करके इन्होंने साडे गल च फांसी का रस्सा पाता है आर्डीनेंस पहली राजा विणक नूं साडा इह सवाल होगा तुसीं भी पुछ लिओ हुण तुसीं भी उहदे अगे जाणा है उह तो सवाल पुछने आ पहला साडा कांग्रेस दे इस मंत्री नूं इह सवाल है भी तुसीं कहिंदे हो जे गैट माड़ा है तां जे गैट माड़ा है किसान विरोधी है तां तुहाडी पार्टी लैके आई है जिहड़ी पार्टी किसान विरोधी एक लैके आई है ये दस्तावेज गैट ते साइन किए आ तो जे राजा विणक किसान हिताइशी है वह पार्टी छड़ दे देखो शहीदों दिते धन्यवाद जिहड़ा कर रहा
ਸ਼ਹੀਦਾਂ ਨੂੰ ਧੰਨਵਾਦ ਜਿਹੜਾ ਕਰ ਰਿਹਾ ਇਹ ਐਵੇਂ ਕਹਿਣਗੇ ਵੀ ਇਹ ਸ਼ਹੀਦ ਹੋਏ ਜਿਹੜੇ ਇਹਨਾਂ ਦਾ ਕਾਤਲ ਆ ਜਿਹੜਾ ਮੋਦੀ ਆ ਅਸੀਂ ਕਹਿੰਦੇ ਹਾਂ ਵੀ ਸ਼ਹੀਦਾਂ ਦਾ ਕਾਤਲ ਮੋਦੀ ਹੈ ਪਰ ਦੂਜੇ ਪਾਸੇ ਸਵਾਲ ਤਾਂ ਇਹ ਵੀ ਪੈਦਾ ਹੋ ਗਿਆ ਨਾ ਜੇ ਸ਼ਹੀਦਾਂ ਦਾ ਜਿਹੜੇ ਕਿਸਾਨ ਸ਼ਹੀਦ ਆ ਉਹਨਾਂ ਦਾ ਕਾਤਲ ਮੋਦੀ ਹੈ ਤਾਂ ਜਿਹੜੇ ਸਿੱਖ ਸ਼ਹੀਦ ਹੋਏ ਆ 84 ਵੇਲੇ ਉਹਨਾਂ ਦੀ ਕਾਤਲ ਇੰਦਰਾ ਗਾਂਧੀ ਆ ਰਾਜੇ ਨੇ ਇਹ ਵੀ ਸੋਚ ਲੈਣਾ ਚਾਹੀਦਾ ਮੈਨੂੰ ਇਹ ਪਾਰਟੀ ਜੁਆਇਨ ਨਹੀਂ ਕਰਨੀ ਚਾਹੀਦੀ ਸੀ ਮੈਨੂੰ ਇਸ ਪਾਰਟੀ ਦੇ ਵਿੱਚ ਵੇਖੋ ਅਮਿਤ ਸ਼ਾਹ ਨੂੰ ਮਿਲਿਓ ਇਹ ਤਾਂ ਫਸਲੀ ਬਟੇਰੇ ਹੁੰਦੇ ਆ ਸਿਆਸੀ ਜਿਹੜੇ ਅਸਲ ਦੇ ਵਿੱਚ ਇਹ ਸਿਆਸੀ ਆ ਜਿਹੜੇ ਇਹ ਕਾਰਪੋਰੇਟ ਘਰਾਣਿਆਂ ਦੇ ਦਲਾਲ ਹੁੰਦੇ ਆ ਜਿਹੜੇ ਪਾਸਿਓਂ ਵੱਧ ਦਲਾਲੀ ਮਿਲੂ ਇਹਨਾਂ ਨੇ ਉਸੇ ਪਾਸੇ ਜਾਣਾ ਜਿਵੇਂ ਨਵਜੋਤ ਸਿੱਧੂ ਇੱਧਰ ਟਬੂਸੀ ਮਾਰ ਕੇ ਆ ਗਿਆ ਦੂਜਾ ਇੱਧਰ ਜਾਊਗਾ ਦਲਾਲ ਆ ਦਲਾਲ ਨੇ ਦਲਾਲੀ ਦਾ ਕੰਮ ਕਰਨਾ ਜਿੱਥੇ ਸੌਦਾ ਉਹਨੂੰ ਚੰਗਾ ਲੱਗੂਗਾ ਜਿਹਦੇ 'ਚੋਂ ਜਿਹੜੇ ਸੌਦੇ 'ਚੋਂ ਵੱਧ ਨਫਾ ਮਿਲੂਗਾ ਦਲਾਲ ਉੱਧਰ ਜਾਣਗੇ ਕੈਪਟਨ ਵੀ ਦਲਾਲ ਆ ਰਾਜਾ ਵੀ ਦਲਾਲ ਹੈ ਸਿੱਧੂ ਵੀ ਦਲਾਲ ਆ ਇਹ ਕਾਰਪੋਰੇਟ ਘਰਾਣਿਆਂ ਦੇ ਦਲਾਲ ਆ ਦਲਾਲ 'ਚ ਤਿੰਨ ਦੱਦੇ ਇੱਕ ਦੱਦਾ ਅਤੇ ਦੋ ਲੱਲੇ ਲੱਗਦੇ ਆ ਜੇ ਇੱਕ ਲੱਲਾ ਹਟਾ ਕੇ ਦੱਦਾ ਲਾ ਦੀਏ ਤਾਂ ਉਹ ਤੁਸੀਂ ਵੇਖ ਲਓ ਕੀ ਬਣਦਾ ਸ਼੍ਰੀ ਮੁਕਤਸਰ ਸਾਹਿਬ ਤੋਂ ਪੱਤਰਕਾਰ ਰਣਜੀਤ ਸਿੰਘ ਢਿੱਲੋਂ ਤੇ ਕੈਮਰਾਮੈਨ ਬਲਕਰਨ ਸਿੰਘ ਖਾਰਾ ਦੀ ਰਿਪੋਰਟ ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ ਇੰਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ।